ਸਾਕੂ ਬੋਕਰ ਉਮਰ ਤੂੰ ਮਿਹਨਤ ਤੇ ਮਿਲ ਵੰਦੇ ਸਾਕੂ ਬਲਾਊ ਹੋਏ ਲੱਖੇ ਸਾਕੂ ਪਿੰਨਾਂ ਮੰਗਣ ਦੀ ਮਾਨ ਲੋੜ ਹੀ ਕਹੀ ਸਹੀ ਹੈ ਨਾ ਤਾਂ ਕੋ ਕੀ ਇੰਦਾਜ਼ ਇੰਦਾਜ਼ ਕੀ ਮਿਲੀ ਹੈ ਹਕੂਮਤ ਤਰਫੋਂ ਕਹਿਣਾ ਕਹਿਣਾ ਕੋਈ ਇੰਦਾਜ਼ ਨਹੀਂ ਮਿਲੀ ਅੱਛਾ ਜੇ ਤਾਂ ਕੋਈ ਇੰਦਾਜ਼ ਨਹੀਂ ਮਿਲੀ ਕੋਈ ਸਿਆਸੀ ਨੁਮਾਇੰਦਾ ਜੇ ਜਿੱਥੋਂ ਵੋਟ ਛੋੜ ਕੇ ਆਉਂਦੇ ਜਾਂ ਕੋਈ ਪਿਆ ਕੋਈ ਬੰਦਾ ਕੋਈ ਖਾਨ ਸਰਦਾਰ ਉਹ ਜਿਹੜੇ ਖਾਨ ਸਰਦਾਰ ਉਹਨੇ ਆਪਣਾ ਫਰਜ਼ ਆਪੂ ਖਰੇ ਚਲਾਈਏ ਤੇ ਭਾਵੇਂ ਹਕੂਮਤ ਨੂੰ ਗਿੱਧੇ ਹੋਈ ਆਪਣੇ ਦ੍ਰਿਸ਼ਟੇ ਉਡੇ ਤੇ ਵੱਲ ਹਾਲੀ ਹਾਲੀ ਪੰਜਵਾਂ ਛੇਵਾਂ ਦੀ ਮਹਾਰੇ ਕੀ ਸੂਰਤ ਹਾਲ ਤੁਹਾਡੇ ਘਰੇ ਦੀ ਘਰੇ ਦੀ ਬਸ ਕਹੀ ਵੇਲੇ ਕਿਸ਼ਾ ਲੱਭ ਹੋਈਂਦੀ ਹੈ ਖਾ ਗਿੰਦੂ ਨੇ ਤਾਂ ਭੁੱਖੇ ਬੈਠੂ ਗਿਆ ਕੀ ਕਰੂੰ ਕੀ ਪੈਗਾਮ ਦੇਣਾ ਚਾਹੁੰਦਾ ਹਕੂਮਤ ਨੂੰ ਤੁਹਾਡੇ ਵਾਸਤੇ ਕੀ ਕਰਨਾ ਚਾਹੀਦਾ ਅਸਾਂ ਗਰੀਬਾਂ ਨੂੰ ਚਲੋ ਜਾਂ ਕੋਈ ਫੰਡ ਦੇਵੇ ਪੈਸੇ ਦੇਵੇ ਜਾਂ ਮਿਹਨਤ ਸਾਕੂ ਦੇਵੇ ਮਜ਼ਦੂਰੀ ਜੇ ਸਾਕੂ ਦੇਵੇ ਸਾਕੂ ਵੀ ਕਿਸ਼ਾ ਦੀ ਲੋੜ ਹੀ ਸਹੀ ਹੈ ਅੱਜ ਲਾਕਡਾਊਨ ਹੈ ਵੈਸੇ ਹੈ ਤਾਂ ਆਵਾਮ ਦੀ ਭਲੇ ਦੀ ਖਤਰ ਲੇਕਿਨ ਲੋਕ ਜਿਹੜੇ ਭੁੱਖ ਨੂੰ ਮਰਦੇ ਨੇ ਹਾਂ ਭੁੱਖ ਨੂੰ ਮਰਦੂ ਅਸਾਂ ਸਹੀ ਗੱਲ ਹੈ ਸਹੀ ਹੈ ਠੀਕ ਹੈ ਸਾਕੂ ਮਤਲਬ ਇਹ ਜੋ ਭਈ ਸਾਕੂ ਮਜ਼ਦੂਰੀ ਜੋ ਦੇ ਦੇਵੇ ਸਾਕੂ ਵੀ ਕਿਸ਼ਾ ਦੀ ਲੋੜ ਹੀ ਕਾਈ ਸਹੀ ਹੈ ਬਿਲਕੁਲ ਗਰੀਬ ਲੋਕ ਜਿਹੜੇ ਤਾਜ਼ੀ ਵਾਲੋ ਚ ਘਰ ਬੈ ਕੇ ਹੁਣ ਦੀ ਹੁਣ ਦੀ ਜਿੰਨੇ ਕਮਨ ਇਹ ਹੱਥੋਂ ਵੱਡੇ ਆਦਮੀਆਂ ਨੇ ਜੇ ਫੰਡ ਉਹ ਆਪ ਚ ਖੰਦੇ ਦੀ ਆਪਣੀ ਬਿਆਦਰੀ ਵੰਡੇ ਨੇ ਬਾਕੀ ਗਰੀਬ ਗਰੀਬ ਫਿਰ ਕੋਈ ਕਿਸ਼ਾ ਨਹੀਂ ਪੇ ਮਿਲਦੀ ਜਨ ਤੱਕ ਯਾਨੀ ਕਿ ਉਹ ਜਿਹੜੀ ਕਿਸ਼ਾ ਵੀ ਆਂਦੀ ਖਾਨ ਕੋ ਦੇ ਖਾਵਨ ਗਰੀਬ ਕਿਸ਼ਾ ਨਹੀਂ ਮਿਲਦੀ ਗਰੀਬ ਬੁੱਢੇ ਨਾ ਉਹਨੇ ਕੀ ਹੈ ਸਹੀ ਹੈ ਸਹੀ ਹੈ ਚਲੋ ਠੀਕ ਹੈ।